ਜਦਕਿ 84 ਕਤਿਆਂ ਪੀੜਤਾਂ ਦੀ ਲੜਾਈ ਲੜ ਰਹੇ ਵਕੀਲ ਐਚ ਐਸ ਫੂਲਕਾ ਨੇ ਟਾਈਟਲਰ ਦੇ ਮਾਫ਼ੀ ਮੰਗਣ ਵਾਲੇ ਫੈਸਲੇ 'ਤੇ ਇਤਰਾਜ਼ ਜਤਾਇਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਮੰਗਣ ਵਾਲੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਗਦੀਸ਼ ਟਾਈਟਲਰ ਦੇ ਖਿਲਾਫ਼ ਉਹਨਾਂ ਦੇ ਕੋਲ ਕਈ ਸਬੂਤ ਨੇ ਜਿਨ੍ਹਾਂ ਨੂੰ ਉਹ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੇਸ਼ ਕਰਨਗੇ। ਇਸ ਤੋਂ ਇਲਾਵਾ ਉਹਨਾਂ ਕਿਹਾ ਹੈ ਕਿ ਜਿਨ੍ਹਾਂ ਵਿਅਕਤੀਆਂ ਦੇ ਵੱਲੋਂ ਜਗਦੀਸ਼ ਟਾਈਟਲਰ ਨੂੰ ਪਹਿਲਾਂ ਗੁਰਦੁਆਰਾ ਸਾਹਿਬਾਨਾ 'ਚ ਸਨਮਾਨਿਤ ਕੀਤਾ ਗਿਆ ਸੀ ਉਹਨਾਂ ਵੱਲੋਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਲ ਇਹ ਮਿਲਣੀ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਦੋਸਤੋ, ਮੈਨੂੰ ਹੁਣੇ ਹੁਣੇ ਪਤਾ ਚੱਲਿਆ, ਇੱਕ ਫੇਸਬੁੱਕ ਦੇ ਉੱਤੇ ਆ ਰਿਹਾ, ਟਾਈਟਲਰ ਨੇ ਇੱਕ ਟੀ ਵੀ ਨੂੰ ਇੰਟਰਵਿਊ ਦਿੰਦੇ ਹੋਏ ਇਹ ਕਿਹਾ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਜਾ ਕੇ ਮਿਲ ਰਿਹਾ ਔਰ ਆਪਣੀ ਬੇਗੁਨਾਹੀ ਦੇ ਸਬੂਤ ਦੇ ਰਿਹਾ। ਮੈਨੂੰ ਬੜੀ ਹੈਰਾਨੀ ਹੋਈ ਇਹ ਗੱਲ ਸੁਣ ਕੇ ਕਿ ਵੀ ਇਹ ਐਸਾ ਵੱਡਾ ਗੁਨਾਹਗਾਰ, ਉਹ ਦਰਿੰਦਾ ਸਿੱਖਾਂ, ਹਜ਼ਾਰਾਂ ਸਿੱਖਾਂ ਦੇ ਕਾਤਲ, ਇਹ ਜਾ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਜਾ ਕੇ ਮਿਲ ਰਹੇ ਆ। ਪਰ ਮੈਂ ਇਸੇ ਕਰਕੇ ਦੋਸਤੋ ਹੁਣੇ ਕਿ ਇਸ ਤੋਂ ਪਹਿਲਾਂ ਕਿ ਉਹ ਜਾ ਕੇ ਮਿਲ ਕੇ ਕੁਛ ਕਹੇ, ਮੈਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਤੋਂ ਹੁਣੇ ਟਾਈਮ ਲਿਆ। ਕੱਲ੍ਹ ਦਾ ਉਹਨਾਂ ਨੇ ਮੈਨੂੰ ਦਿੱਲੀ ਦੇ ਵਿੱਚ ਹੀ ਟਾਈਮ ਦਿੱਤਾ ਹੈ ਅਤੇ ਇਹ ਤਾਂ ਕਿ ਜਾ ਕੇ ਮੈਂ ਜਥੇਦਾਰ ਸਾਹਿਬ ਨੂੰ ਸਾਰੀਆਂ ਚੀਜ਼ਾਂ ਦੱਸਾਂ, ਉਹਨਾਂ ਦੇ ਅੱਗੇ ਰੱਖਾਂ। ਦਰਅਸਲ ਡਰ ਕੀ ਹੈ ਮੈਨੂੰ ਕਿ ਜਦੋਂ ਅਸੀਂ ਜਗਦੀਸ਼ ਟਾਈਟਲ ਦੇ ਖਿਲਾਫ਼ ਕੇਸ ਸ਼ੁਰੂ ਕਰਾਇਆ ਸੀ ਨਾ, ਇਹ ਉਦੋਂ ਜੋ ਮਨਿਸਟਰ ਹੁੰਦਾ ਸੀ, ਉਹਨੂੰ ਮਨਿਸਟਰੀ ਤੋਂ ਵੀ ਉਤਾਰਿਆ ਸੀ, ਉਦੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਬੁਲਾ ਕੇ ਇਹਨੂੰ ਸਰੂਪਾ ਦਿੱਤਾ ਸੀ। ਉਹੀ ਉਹ ਲੋਕ ਜਿਹੜੇ ਕਿ ਉਦੋਂ ਸਰੂਪਾ ਦੇਣ ਵਾਲੇ ਆ, ਉਹ ਕਿਤੇ ਹੁਣ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨਾਲ ਇੰਨੀਆਂ ਮੀਟਿੰਗਾਂ ਕਰਾਉਣੀਆਂ ਸ਼ੁਰੂ ਕਰ ਦੇਣ, ਜਥੇਦਾਰ ਸਾਹਿਬ ਦੇ ਉੱਤੇ ਦਬਾਅ ਨਾ ਪਾਉਣੀ ਸ਼ੁਰੂ ਕਰ ਦੇਣ। ਤਾਂ ਇਹ ਜਿਹੜੀ ਸਾਰੀ ਹਾਲਤ ਆ ਨਾ, ਇਹ ਬੜੀ ਤਾਂ ਥੋੜ੍ਹੀ ਜਿਹੀ ਫਿਕਰ ਵਾਲੀ ਅਤੇ ਚਿੰਤਾ ਵਾਲੀ ਹੈ।